ਮੈਂ ਤੁਹਾਡੇ ਨਾਲ ਦੋ ਤਰ੍ਹਾਂ ਦੀ ਕਾਫੀ ਸ਼ੇਅਰ ਕਰਨ ਲੱਗੀ ਹਾਂ। ਡਾਲਗੋਨਾ ਕਾਫੀ, ਇਹ ਕਾਫੀ ਜਿਹੜੀ ਆ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ। ਇੱਕ ਤਾਂ ਕਾਫੀ ਜਿਹੜੀ ਆਪਾਂ ਚੋਕਲੇਟ ਕਾਫੀ ਬਣਾਈ ਆ, ਅਤੇ ਕਾਫੀ ਦੇਖੋ ਜਿਹੜੀ ਕਾਫੀ ਦਾ ਇੰਨੇ ਤੇ ਵਧੀਆ ਤਰੀਕੇ ਦੇ ਨਾਲ ਫਲੱਫੀ ਹੋਈ ਆ, ਅਤੇ ਇਹ ਜਦੋਂ ਇੱਦਾਂ ਤੁਸੀਂ ਪੀਣੀ ਆ ਇਹਨੂੰ ਇਸ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲੈਣਾ ਆ, ਮਿਲਾ ਲੈਣਾ ਆ, ਅਤੇ ਇਹਦਾ ਜਿਹੜਾ ਸਵਾਦ ਆ ਬਹੁਤ ਹੀ ਜ਼ਿਆਦਾ ਵਧੀਆ ਹੈ, ਅਤੇ ਇੱਕ ਅਲੱਗ ਤਰੀਕੇ ਦਾ ਇਹਦਾ ਕਾਫੀ ਦਾ ਸਵਾਦ ਆਉਂਦਾ ਆ। ਦੂਸਰੀ ਕਾਫੀ ਜਿਹੜੀ ਆਪਾਂ ਬਿਲਕੁਲ ਠੰਡੀ ਕਾਫੀ ਬਣਾ ਕੇ ਤਿਆਰ ਕੀਤੀ ਆ, ਇਹ ਕਾਫੀ ਦਾ ਵੀ ਦੇਖੋ ਜਿਹੜੀ ਆਪਾਂ ਕਾਫੀ ਚੰਗੇ ਤਰੀਕੇ ਦੇ ਨਾਲ ਫੈਂਟੀ ਆ, ਅਤੇ ਕਿੰਨੀ ਜ਼ਿਆਦਾ ਇਹ ਫਲੱਫੀ ਹੋ ਗਈ ਆ, ਦੇਖਣ ਦੇ ਵਿੱਚ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਆ। ਇਹ ਕਾਫੀ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਾਲਗੋਨਾ ਕਾਫੀ ਬਣਾ ਕੇ ਤਿਆਰ ਕਰਾਂਗੇ। ਰਿਕੁਐਸਟ ਆਈ ਸੀ ਇਸ ਵੀਡੀਓ ਦੇ ਲਈ ਕਿ ਡਾਲਗੋਨਾ ਕਾਫੀ ਜਿਹੜੀ ਬਣਾ ਕੇ ਦਿਖਾਓ। ਕਾਫੀ ਮਸ਼ਹੂਰ ਹੋ ਰਹੀ ਹੈ ਇੰਟਰਨੈਟ ਦੇ ਉੱਤੇ ਜਿਹੜੀ ਕਾਫੀ ਹੈ, ਅਤੇ ਸਵਾਦ ਵੀ ਇਹਦਾ ਜਿਹੜਾ ਬਹੁਤ ਵਧੀਆ ਹੈ। ਇਹਦੇ ਲਈ ਜਿਹੜਾ ਸਮਾਨ ਲਿਆ ਹੈ ਆਪਾਂ ਉਹਨੂੰ ਦੇਖ ਲੈਂਦੇ ਹਾਂ। ਕਾਫੀ ਬਣਾਉਣ ਲਈ ਇੱਕ ਡੋਂਗਾ ਲੈਣਾ, ਇਹਦੇ ਵਿੱਚ ਇੱਕ ਚੌਥਾ ਹਿੱਸਾ ਕੱਪ ਦਾ ਕਾਫੀ ਦਾ ਮੈਂ ਲਿਆ ਆ। ਦੇਖੋ ਕਾਫੀ ਜਿਹੜੀ ਹੈ ਤੁਸੀਂ ਕੋਈ ਵੀ ਜਿੱਦਾਂ ਨਾਪ ਲੈ ਲੈਣਾ ਹੈ, ਜਿੱਦਾਂ ਹੁਣ ਮੈਂ ਕੱਪ ਦੇ ਵਿੱਚ ਨਾਪਿਆ ਹੈ ਤਾਂ ਤੁਸੀਂ ਨਾਪ ਵਿੱਚ ਇਹਦੇ ਕੱਪ 'ਚ ਵੀ ਨਾਪ ਸਕਦੇ ਹੋ, ਜਾਂ ਕੌਲੀ 'ਚ ਨਾਪਣਾ ਚਾਹੋ ਤਾਂ ਕੌਲੀ 'ਚ ਵੀ ਨਾਪ ਸਕਦੇ ਹੋ, ਜਾਂ ਤੁਸੀਂ ਕੀ ਕਰਨਾ ਆ ਜਿੱਦਾਂ ਆਪਾਂ ਚਮਚਾ ਜਿਹੜਾ ਹੁੰਦਾ ਸਾਡੇ ਕੋਲ ਆਹ ਚਮਚਾ ਵੀ ਤੁਸੀਂ ਲੈ ਸਕਦੇ ਹੋ, ਇਹ ਚਮਚੇ ਦੇ ਹਿਸਾਬ ਨਾਲ ਵੀ ਨਾਪ ਲੈਣਾ ਆ। ਇੱਕ ਜਿਹੜਾ ਆਪਾਂ ਬਣਾਉਣਾ ਆ ਜਿੱਦਾਂ ਕੱਪ ਬਣਾਉਣਾ, ਉਹਦੇ ਵਿੱਚ ਡੇਢ ਚਮਚਾ ਜਿੱਦਾਂ ਲੈ ਸਕਦੇ ਹੋ ਕੌਫੀ ਦਾ, ਅਤੇ ਡੇਢ ਚਮਚਾ ਹੀ ਖੰਡ ਦਾ ਲੈਣਾ ਆ, ਅਤੇ ਪਾਣੀ ਜਿਹੜਾ ਹੈ ਇੱਕ ਚਮਚਾ ਪਾ ਕੇ ਗਰਮ ਪਾਣੀ, ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਆ। ਇੱਕ ਚੌਥਾ ਹਿੱਸਾ ਜਿਹੜਾ ਕੱਪ ਦਾ ਆਪਾਂ ਹੁਣ ਕੌਫੀ ਲਈ ਆ, ਅਤੇ ਇੱਕ ਚੌਥਾ ਹਿੱਸਾ ਹੀ ਇਹਦਾ ਆਪਾਂ ਖੰਡ ਦਾ ਲੈਣਾ ਆ। ਚੌਥੇ ਹਿੱਸੇ ਤੋਂ ਘੱਟ ਆਪਾਂ ਗਰਮ ਪਾਣੀ ਲੈਣਾ ਆ, ਬਿਲਕੁਲ ਗਰਮ ਪਾਣੀ ਲੈ ਲੈਣਾ ਆ। ਹੁਣ ਇਹਦੇ ਵਿੱਚ ਇਹਨੂੰ ਆਪਾਂ ਫੈਂਟਾਂਗੇ ਚੰਗੀ ਤਰ੍ਹਾਂ। ਦੇਖੋ ਇਹ ਜਿਹੜਾ ਹੈਂਡ ਪਲੈਨ ਹੈਂਡ ਮਿਕਸਰ ਹੁੰਦਾ, ਇਹਦੇ ਨਾਲ ਤੁਸੀਂ ਇਹਨੂੰ ਫੈਂਟ ਸਕਦੇ ਹੋ, ਅਤੇ ਜਾਂ ਜੇ ਮਸ਼ੀਨ ਹੋਵੇ ਤੁਹਾਡੇ ਕੋਲ ਤੁਸੀਂ ਉਹਦੇ ਨਾਲ ਵੀ ਫੈਂਟ ਸਕਦੇ ਹੋ ਇਹਨੂੰ। ਅਤੇ ਇਹ ਕੌਫੀ ਨੂੰ ਫੈਂਟਣ ਦੇ ਲਈ 10 ਤੋਂ 15 ਮਿੰਟ ਲੱਗ ਜਾਣੇ ਆ, ਫਿਰ ਇਹ ਚੰਗੇ ਤਰੀਕੇ ਦੇ ਨਾਲ ਫੈਂਟ ਜਾਂਦੀ ਆ। ਦੋ ਤੋਂ 3 ਮਿੰਟ ਹੋਏ ਆ ਕੌਫੀ ਨੂੰ ਹਲੇ ਫੈਂਟਦੇ ਹੋਏ, ਖੰਡ ਜਿਹੜੀ ਆ ਸਾਡੀ ਘੁਲ ਗਈ ਆ, ਕੌਫੀ ਅੱਗੇ ਨਾਲੋਂ ਥੋੜ੍ਹੀ ਜਿਹੀ ਜਿਹੜੀ ਆ ਫੁੱਲ ਗਈ ਆ। ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਜਿੱਦਾਂ ਜਿੱਦਾਂ ਫੈਂਟਦੇ ਜਾਵਾਂਗੇ ਕੌਫੀ ਦਾ ਰੰਗ ਜਿਹੜਾ ਆ ਬਿਲਕੁਲ ਲਾਈਟ ਹੋ ਜੂਗਾ। ਸੱਤ 8 ਮਿੰਟ ਹੋ ਗਏ ਆ ਦੇਖੋ ਇਹਨੂੰ ਫੈਂਟਦੇ ਹੋਏ, ਕੌਫੀ ਦੇਖੋ ਕਿਸ ਤਰੀਕੇ ਦੀ ਹੋ ਗਈ। ਹਲੇ ਇਹਨੂੰ ਆਪਾਂ 7-8 ਮਿੰਟ ਤੱਕ ਹੋਰ ਫੈਂਟਣਾ ਆ। ਹੁਣ ਅਸੀਂ ਕੀ ਕਰਨਾ, ਜਿਹੜੇ ਗਲਾਸ ਦੇ ਵਿੱਚ ਚੋਕਲੇਟ ਕੌਫੀ ਆਪਾਂ ਬਣਾਉਣੀ ਹੈ ਉਹਦੇ ਉੱਪਰ ਇਸ ਤਰੀਕੇ ਦੇ ਨਾਲ ਚੋਕਲੇਟ ਜਿਹੜੀ ਆ ਲਾ ਕੇ ਗਲਾਸ 'ਤੇ ਇਹਨੂੰ ਇੱਦਾਂ ਦੇਖਣ 'ਚ ਵੀ ਵਧੀਆ ਲੱਗੂਗਾ। ਇਹਨੂੰ ਆਪਾਂ ਫਰਿੱਜ 'ਚ ਰੱਖ ਦੇਣਾ ਆ ਤਾਂ ਕਿ ਜਿਹੜੀ ਸਾਡੀ ਚੋਕਲੇਟ ਆ ਉਹ ਚੰਗੇ ਤਰੀਕੇ ਦੇ ਨਾਲ ਸੈੱਟ ਹੋ ਜਾਵੇ। ਕੌਫੀ ਨੂੰ ਫੈਂਟਦੇ ਦੇਖੋ 10 ਤੋਂ 11 ਮਿੰਟ ਮੈਨੂੰ ਹੋ ਗਏ ਆ, ਰੰਗ ਦੇਖੋ ਕੌਫੀ ਦਾ ਬਿਲਕੁਲ ਹੀ ਬਦਲ ਗਿਆ। ਜਿੱਦਾਂ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਇੱਦਾਂ ਥੱਲੇ ਸੁੱਟਦੇ ਪਏ ਹਾਂ, ਇਹ ਤਾਂ ਥੱਲੇ ਡਿੱਗਦੀ ਆ। ਜਦੋਂ ਆਪਾਂ ਇਹਨੂੰ 3-4 ਮਿੰਟ ਤੱਕ ਹੋਰ ਫੈਂਟਣਾ ਆ ਫਿਰ ਇਹਨੇ ਥੱਲੇ ਨਹੀਂ ਡਿੱਗਣਾ। ਅਤੇ ਦੂਸਰੀ ਗੱਲ ਇਹ ਜਿੱਦਾਂ ਮੈਂ ਇਹਦੇ ਨਾਲ ਹੈਂਡ ਮਿਕਸਰ ਨਾਲ ਇਹਨੂੰ ਫੈਂਟਦੀ ਪਈ ਹਾਂ, ਜੇ ਤੁਹਾਡੇ ਕੋਲ ਨਾ ਹੋਵੇ ਤਾਂ ਤੁਸੀਂ ਚਮਚੇ ਦੇ ਨਾਲ ਵੀ ਕੌਫੀ ਜਿਹੜੀ ਆ ਫੈਂਟ ਸਕਦੇ ਹੋ। ਕੌਫੀ ਦੇਖੋ ਜਿਹੜੀ ਆ ਸਾਡੀ ਚੰਗੇ ਤਰੀਕੇ ਦੇ ਨਾਲ ਫੈਂਟ ਹੋ ਗਈ ਹੈ। ਜਦੋਂ ਕੌਫੀ ਨੂੰ ਆਪਾਂ ਇਸ ਤਰੀਕੇ ਦੇ ਨਾਲ ਚੱਕੀਏ ਤਾਂ ਕੌਫੀ ਥੱਲੇ ਨਹੀਂ ਡਿੱਗਣੀ ਚਾਹੀਦੀ, ਕਿਉਂਕਿ ਜੇ ਕੌਫੀ ਨੂੰ ਚੰਗੇ ਤਰੀਕੇ ਦੇ ਨਾਲ ਅਸੀਂ ਫੈਂਟਿਆ ਹੋਊਗਾ ਫਿਰ ਕੌਫੀ ਜਦੋਂ ਆਪਾਂ ਦੁੱਧ ਦੇ ਵਿੱਚ ਪਾਣੀ ਹੈ ਤਾਂ ਛੇਤੀ ਇਹ ਮੈਲਟ ਨਹੀਂ ਹੋਊਗੀ। ਕੌਫੀ ਨੂੰ ਬਣਾਉਣ ਤੋਂ ਪਹਿਲਾਂ ਜਿਹੜੇ ਗਲਾਸ ਦੇ ਵਿੱਚ ਆਪਾਂ ਚੋਕਲੇਟ ਕੌਫੀ ਬਣਾਉਣੀ ਹੈ ਉਹਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੀ ਇੱਦਾਂ ਚੋਕਲੇਟ ਲਾ ਦੇਣੀ ਹੈ, ਲਾ ਕੇ ਇਹਨੂੰ ਆਪਾਂ ਫਰਿੱਜ 'ਚ ਰੱਖ ਦੇਣਾ ਆ। ਫਿਰ ਕੀ ਹੋਊਗਾ ਕਿ ਗਲਾਸ ਜਿਹੜਾ ਦੇਖੋ ਦੇਖਣ 'ਚ ਵੀ ਵਧੀਆ ਲੱਗੂਗਾ, ਅਤੇ ਜਦੋਂ ਆਪਾਂ ਕੌਫੀ ਜਦੋਂ ਸਰਵ ਕਰਾਂਗੇ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਲੱਗਦਾ ਆ। ਇਹਨੂੰ ਫਰਿੱਜ 'ਚ ਰੱਖ ਦਾਂਗੇ ਅਤੇ ਤਾਂ ਕਿ ਇਹ ਚੰਗੇ ਤਰੀਕੇ ਦੇ ਨਾਲ ਸੈੱਟ ਹੋ ਜਾਵੇ। ਹੁਣ ਉੱਪਰ ਲੈਣਾ ਇੱਕ ਗਲਾਸ, ਗਲਾਸ ਦੇ ਵਿੱਚ ਬਰਫ਼ ਦੇ ਟੁਕੜੇ ਪਾ ਦੇਣੇ। ਇਹ ਆਪਾਂ ਠੰਡੀ ਕੌਫੀ ਬਣਾਉਣੀ ਹੈ, ਬਰਫ਼ ਜਿਹੜੀ ਆ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਪਾਣੀ ਚਾਹੋ ਪਾ ਸਕਦੇ ਹੋ। ਖੰਡ ਜਿਹੜੀ ਆ ਆਪਾਂ ਦੁੱਧ ਦੇ ਵਿੱਚ ਮਿਲਾਈ ਹੋਈ ਆ, ਪਰ ਕਈ ਕੀ ਕਰਦੇ ਆ ਕਿ ਕੌਫੀ ਦੇ ਵਿੱਚ ਖੰਡ ਜਿਹੜੀ ਆ ਨਹੀਂ ਪਾਉਂਦੇ,
बाकी जे तुसी पानी चाहो तो तुसी पा सकते हो, जे बिना खंड तो बनानी चाहते हो तो तुसी बिना खंड तो ही बना सकते हो। फेंटी हुई जिहड़ी कॉफी है इहदे 3 चमचे आपां भर के पाने आ। मैं थोड़ी जिही स्ट्रोंग बनाउण लगी हाँ, जे तुसी घट स्ट्रोंग बनानी चाहते हो तो तुसी 2 चमचे भी पा सकते हो। इन्हें थोड़ा जि इस तरीके दे नाल चमचे दे नाल आपां इहदा हिला लेना है कि देखण च भी वधिया लगे। थोड़ी जी आपां इहदे उत्ते इहदा कॉफी जिहड़ी आ उह छिड़क देनी है। दूसरी जिहड़ी कॉफी आपां चॉकलेट वाली बनावांगे, जिहड़े गलास दे विच चॉकलेट ला के रखी सी उह आपां लै लिया। इहदे चों 1 चमचा जिहड़ा आ थोड़ा जिहा जिद्दां 1 चमचे तों घट आपां कॉफी कढ लैणी आ। इहदे विच पावांगे चॉकलेट पाउडर, ये पाउण नाल फिर जिहड़ी आ कॉफी वधिया लगेगी देखण दे विच भी, ते इहदा जिहड़ा स्वाद आ थोड़ा जिहा अलग हो जूगा। 1 चमचा छोटा जिहड़ा मैं पाया आ इहनूं चंगी तरह आपां मिला लैणा आ। दुध जिहड़ा आ पा देना है, दुध दे विच खंड आपां पाई हुई है, बाकी खंड जिहड़ी आ तुसीं अपने स्वाद दे हिसाब नाल पा सकदे हो। इहदे ते पावांगे थोड़ी जी आपां चॉकलेट, थोड़ा जिहा चॉकलेट दा जिहड़ा स्वाद आऊगा इहदे विच। फिर जिहड़ी आ कॉफी आपां बचा के रखी सी इह इहदे उपर पा देनी आ। फिर इहदे नाल की आ थोड़ा जिहा दोरा शेड दे विच आजूगी ते देखण दे विच वधिया लगेगी। इहनूं थोड़ा जिहा इस तरीके नाल आपां चमचे नाल इहदा मिला देना आ। थोड़ा जिहा पावांगे बिल्कुल विचकार पावांगे कॉफी दा थोड़ा जिहा पाउडर। दोनों तरह की अपनी कॉफ़ी बन के तैयार आ। कॉफ़ी देखण दे विच बहुत वधिया लगती है तो बहुत ही ज़्यादा स्वाद भी बनी आ। इहदा स्वाद थोड़ा अलग तरीके का आ जो इहनूं तुसीं पीना आ, तो जिहड़ा आपां कॉफ़ी फेंट के उपर पाईए इहनूं चंगे तरीके दे नाल मिला लेना आ। मिलाण तो बाद तुसीं फिर इहनूं पीना आ। किवें दी लगी वीडियो जरूर कमेंट करके दस्सिओ, वीडियो नूं लाइक तो शेयर जरूर करो। वीडियो देखने लई बहुत बहुत धन्यवाद।